ਪੰਜਾਬ ਸੇਵਾ ਅਧੀਨ ਬੋਰਡ ਪੰਜਾਬ ਵੱਲੋਂ ਪੰਜਾਬ ਦੇ ਵਿਗਿਆਨ ਤਕਨੀਕ ਅਤੇ ਵਾਤਾਵਰਨ ਵਿਭਾਗ ਅਧੀਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਤਾਵਰਨ ਭਵਨ ਵਿੱਚ ਕੁਝ ਪੋਸਟਾਂ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਕਲਰਕਮ ਡਾਟਾ ਐਂਟਰੀ ਓਪਰੇਟਰ ਦੀਆਂ 20 ਅਸਾਮੀਆਂ, ਗਲਾਸ ਬਲੋਰ ਕਮ ਸਟੋਰਕੀਪਰ ਦੀ 1 ਅਸਾਮੀ, ਡਾਟਾ ਐਂਟਰੀ ਓਪਰੇਟਰ ਜਰਨਲ ਦੀਆਂ 2, SCMB ਦੀ 1 ਪੋਸਟ, ਲਾਇਬ੍ਰੇਰੀਅਨ ਦੀ ਜਰਨਲ ਦੀ 1 ਪੋਸਟ, SC ਓਪਰੇਟਰ ਕਮ ਮਕੈਨਿਕ ਦੀ ਜਰਨਲ ਕੈਟਾਗਰੀ ਦੀ 1 ਪੋਸਟ। ਟੋਟਲ 26 ਪੋਸਟਾਂ ਦੀ ਮੰਗ ਕੀਤੀ ਜਾਂਦੀ ਹੈ। ਜੇ ਆਪਾਂ ਇਸ ਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਡਾਟਾ ਐਂਟਰੀ ਓਪਰੇਟਰ ਲਈ ਆਪਣੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਕਿਸੇ ਵੀ ਸਬਜੈਕਟ ਵਿੱਚ, ਨਾਲ ਆਪਣੀ ਪੰਜਾਬੀ ਅਤੇ ਇੰਗਲਿਸ਼ ਦੀ ਟਾਈਪਿੰਗ 30 ਵਰਡ ਪਰ ਮਿੰਟ ਹੋਣੀ ਚਾਹੀਦੀ ਹੈ। ਇਸ ਦੇ ਨਾਲ ਜੇ ਲਾਇਬ੍ਰੇਰੀਅਨ ਦੀ ਆਪਾਂ ਗੱਲ ਕਰੀਏ ਤਾਂ ਫਸਟ ਕਲਾਸ ਬੈਚੁਲਰ ਡਿਗਰੀ ਹੋਣੀ ਚਾਹੀਦੀ ਹੈ ਲਾਇਬ੍ਰੇਰੀ ਦੀ, ਅਤੇ ਪ੍ਰੈਫਰੈਂਸ ਉਸ ਕੈਂਡੀਡੇਟ ਨੂੰ ਦਿੱਤੀ ਜਾਵੇਗੀ ਜਿਸ ਕੋਲ ਲਾਇਬ੍ਰੇਰੀ ਦਾ ਐਕਸਪੀਰੀਅੰਸ ਹੋਵੇ ਕਿਸੇ ਵੀ ਇੰਸਟੀਟਿਊਟ ਜਾਂ ਗੌਰਮੈਂਟ ਕੋਲੇਜ ਜਾਂ ਕਿਸੇ ਵੀ ਪੰਜਾਬ ਦੇ ਡਿਪਾਰਟਮੈਂਟ ਦਾ, ਅਤੇ ਨਾਲ ਕੰਪਿਊਟਰ ਦਾ ਕੋਰਸ 6 ਮੰਥ ਦਾ ਕੀਤਾ ਹੋਣਾ ਜ਼ਰੂਰੀ ਹੈ। ਜੇ ਆਪਾਂ ਲਾਸਟ ਗੱਲ ਕਰੀਏ ਤਾਂ ਆਪਾਂ ਇਹਨਾਂ ਅਸਾਮੀਆਂ ਲਈ ਔਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 19/8/2024 ਰੱਖੀ ਗਈ ਹੈ, ਅਤੇ ਫੀਸ ਭਰਨ ਦੀ ਤਾਂ ਆਖਰੀ ਮਿਤੀ 22/8/2024 ਹੈ। ਸੋ ਜਿਨ੍ਹਾਂ ਭੈਣ ਭਰਾਵਾਂ ਨੇ ਕਲਰਕ ਲਈ ਅਪਲਾਈ ਕਰਨਾ ਹੈ ਤਾਂ ਉਹ ਆਪਣਾ ਪੋਲਿਊਸ਼ਨ ਵਿਭਾਗ ਵਿੱਚ ਆਪਣੀ ਪੋਸਟ ਲਈ ਅਪਲਾਈ ਕਰ ਸਕਦਾ ਹੈ।